गुड इवनिंग जी। ए चिड़ी का बच्चा जड़ा है छोटा जा तुसी देख सकते हो, ए एक्चुअली इस आलने चो एदा प्रॉपर जड़ा आलना आ वो लकड़ दे बॉक्स बने हुए है। तो इन्हों चो एक्चुअली थले डिग पिया सी इत्थे जमीन ते, तो कल इन्हू चक के इस डब्बे दे विच असी इन्हू रखता सी। देख सकते हो आ लागे दी मदर भी आ, बहुत रौला पा रही आ इधरों। आ देखो दूसरे बच्चे भी जिहड़े दाणा खा रहे ने, ते बाकी सारे ही रिश्तेदार जिहड़े आ ਉਹ ਪਹੁੰਚ ਚੁੱਕੇ ਨੇ, ਪੂਰਾ ਹੁਮ ਹੁਮ ਆ ਕੇ ਰੌਲਾ ਪਾ ਰਹੇ ਨੇ। ਸੋ ਕਿੰਨਾ ਸੋਹਣਾ ਦ੍ਰਿਸ਼ ਆ। ਇੱਥੋਂ ਹੀ ਕੱਲ੍ਹ ਇੱਕ ਜਿਹੜਾ ਬੱਚਾ ਸੀ ਉਹ ਡਿੱਗ ਪਿਆ ਸੀ, ਤਾਂ ਡਿੱਗਣ ਤੋਂ ਬਾਅਦ ਅਸੀਂ ਇਹਨੂੰ ਫਿਰ ਟੈਂਪਰੇਰੀ ਕੁਛ ਘੋਂਸਲੇ ਬਣਾਏ ਹੋਏ ਜੀ, ਜਿਵੇਂ ਤੁਸੀਂ ਦੇਖ ਸਕਦੇ ਹੋ ਆਹ ਟੈਂਪਰੇਰੀ ਘੋਂਸਲਾ ਹੈਗਾ। ਤੋ ਇਹਦੇ ਵਿੱਚ ਅਸੀਂ ਇਹਨੂੰ ਰੱਖਤਾ ਸੀ ਫੋਰ ਦਾ ਟਾਈਮ ਬੀਇੰਗ, ਸ਼ਾਮ ਨੂੰ ਕੱਲ੍ਹ ਡਿੱਗਾ ਸੀ। ਤੋ ਇਹਦੀ ਮਦਰ ਨੂੰ ਇਹਦੇ ਬਾਰੇ ਪਤਾ ਸੀ ਕਿ ਇੱਥੇ ਹੀ ਆ। ਤੋ ਜਦੋਂ ਰਾਤ ਪਈ ਤਾਂ ਬਿੱਲੀ ਦੇ ਡਰ ਤੋਂ, ਕਿਉਂਕਿ ਬਿੱਲੀ ਇਸ ਪੌੜੀਆਂ 'ਚੋਂ ਥੱਲੇ ਇੱਥੇ ਆਰਾਮ ਨਾਲ ਪਹੁੰਚ ਸਕਦੀ ਹੈ, ਤੋ ਇਸ ਕਰਕੇ ਬਿੱਲੀ ਤੋਂ ਬਚਾਉਣ ਲਈ ਅਸੀਂ ਆ ਟੈਂਪਰੇਰੀ ਜਿਹੜਾ ਬਣਾਇਆ ਆਲਣਾ, ਅਤੇ ਇੱਥੇ ਅਸੀਂ ਫਿਰ ਇਹਨੂੰ ਰੱਖ ਦਿੱਤਾ। ਰਾਤ ਜਦੋਂ ਹੋਈ ਤਾਂ ਫਿਰ ਅਸੀਂ ਇਹਨੂੰ ਅੰਦਰ ਲੈ ਗਏ ਅੰਦਰ ਜੀ। ਸਾਨੂੰ ਕਾਫੀ ਜ਼ਿਆਦਾ ਚਾਂਸ ਸੀ, ਮੈਂ ਕਿਹਾ ਜੇਕਰ ਬੱਚਾ ਇੱਕ ਵਾਰੀ ਡਿੱਗ ਪਿਆ ਫਿਰ ਦੁਬਾਰਾ ਆਪਣੇ ਆਲਣੇ 'ਚ ਨਹੀਂ ਆਉਂਦਾ, ਪਰ ਚਲੋ ਕੋਸ਼ਿਸ਼ ਕੀਤੀ ਇਹਨੂੰ। ਕੱਲ੍ਹ ਰਾਤ ਨੂੰ ਅਸੀਂ ਇਹਨੂੰ ਥੋੜ੍ਹੀ ਰੋਟੀ ਲੈ ਕੇ ਉਹਨੂੰ ਭਿਉਂ ਕੇ ਪਾਣੀ ਦੇ ਵਿੱਚ ਸੌਫਟ ਕਰਕੇ ਫਿਰ ਉਹਨੂੰ ਖਵਾਇਆ, ਅਤੇ ਇੱਕ ਸੌਫਟ ਜਿਹਾ ਕੱਪੜਾ ਲੈ ਕੇ ਅਸੀਂ ਥੱਲੇ ਵਿਛਾ ਦਿੱਤਾ, ਅਤੇ ਬਿਲਕੁਲ ਰਾਤ ਨੂੰ ਇਹਨੂੰ ਕਮਰੇ ਦੇ ਅੰਦਰ ਰੱਖਿਆ ਬਿੱਲੀ ਦੇ ਡਰ ਤੋਂ। ਸਵੇਰੇ ਜਦੋਂ ਅਸੀਂ ਉੱਠ ਕੇ ਦੇਖਿਆ ਤਾਂ ਬਿਲਕੁਲ ਤੰਦਰੁਸਤ, ਬਿਲਕੁਲ ਸਹੀ ਸੀ। ਰਾਤ ਨੂੰ ਇਸਨੂੰ ਖਾਣਾ ਵੀ ਜਿਹੜਾ ਖਵਾ ਦਿੱਤਾ ਗਿਆ ਸੀ। ਸਵੇਰੇ ਜੀ ਉੱਠ ਕੇ ਦੇਖਿਆ ਤਾਂ ਬਿਲਕੁਲ ਤੰਦਰੁਸਤ ਸੀ, ਡਰ ਸੀ ਕਿ ਕਿਤੇ ਮਰ ਨਾ ਜਾਵੇ, ਪਰ ਨਹੀਂ, ਵਾਹਿਗੁਰੂ ਨੇ ਇਹਨੂੰ ਬਚਾ ਲਿਆ। ਤੋ ਫਿਰ ਅਸੀਂ ਕੀ ਕੀਤਾ, ਸਵੇਰੇ ਇਹਨੂੰ ਇਸੇ ਹੀ ਆਲਣੇ ਦੇ ਵਿੱਚ ਸਾਡਾ ਟੈਂਪਰੇਰੀ ਬਣਾਇਆ ਆ, ਇਹਦੇ ਵਿੱਚ ਇਹਨੂੰ ਰੱਖਤਾ। ਅਤੇ ਇਹਦੇ ਮਾਤਾ ਪਿਤਾ ਨੂੰ ਬਿਲਕੁਲ ਪਤਾ ਲੱਗ ਗਿਆ, ਜਿਹੜੇ ਕਿ ਇਹਦੇ ਸਾਰੇ ਹੀ ਰਿਸ਼ਤੇਦਾਰ ਇੱਥੇ ਇਸ ਵਕਤ ਆਏ ਹੋਏ ਨੇ, ਦੇਖ ਸਕਦੇ ਤੁਸੀਂ। ਤੋ ਹੁਣ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਪਛਾਣ ਲਿਆ ਬਿਲਕੁਲ, ਹੁਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਛੋਟਾ ਬੱਚਾ ਹੁਣ ਬਚ ਚੁੱਕਾ, ਅੱਜ ਨੂੰ ਦੂਸਰਾ ਦਿਨ, ਚਲੋ ਦੇਖਦੇ ਹਾਂ ਆਪਾਂ ਕੀ ਹਾਲਾਤ ਨੇ ਉਹਦੇ। ਇਹ ਦੂਸਰੇ ਘੌਂਸਲੇ ਦੇ ਵਿੱਚ ਜਿਹੜੀ ਚਿੜੀ ਆਪਣੇ ਬੱਚਿਆਂ ਨੂੰ ਜਿਹੜਾ ਉਹ ਦਾਣਾ ਦੇ ਰਹੀ ਹੈ, ਉਹਨੂੰ ਪਤਾ ਕਿ ਮੈਂ ਇਹਦੀ ਵੀਡੀਓ ਬਣਾ ਰਿਹਾ, ਇਸ ਕਰਕੇ ਥੋੜ੍ਹਾ ਜਿਹਾ ਅਟੈਂਟਿਵ ਆ। ਚਲੋ ਜੀ ਦੇਖਦੇ ਹਾਂ ਆਪਾਂ ਬੱਚੇ ਦੇ ਕੀ ਹਾਲਾਤ ਨੇ। ਬੱਚਾ ਬਿਲਕੁਲ ਤੰਦਰੁਸਤ ਹੈ ਜੀ, ਦੇਖੋ ਮੂੰਹ ਖੋਲਦਾ, ਉਹਨੂੰ ਐਂ ਲੱਗ ਰਿਹਾ ਕਿ ਉਹਦੇ ਮਦਰ ਫਾਦਰ ਆਏ ਆ, ਬਹੁਤ ਐਕਟਿਵ ਹੈ। ਤੋ ਮਾਂ ਦੋਵਾਂ ਦਾ ਹੀ ਧਿਆਨ ਰੱਖ ਰਹੀ ਹੈ, ਆਪਣੇ ਦੂਸਰੇ ਬੱਚਿਆਂ ਦਾ ਵੀ ਧਿਆਨ ਰੱਖ ਰਹੀ ਹੈ, ਜੇ ਤੁਸੀਂ ਦੇਖ ਸਕਦੇ ਹੋ। ਹੋਪਫੁਲੀ ਜੀ ਇਹ ਕੁਛ ਦਿਨਾਂ ਦੇ ਵਿੱਚ ਹੀ ਤਿਆਰ ਹੋ ਜੂਗਾ ਅਤੇ ਬਿਲਕੁਲ ਉੱਡਣ ਦੇ ਕਾਬਿਲ ਹੋ ਜਾਏਗਾ। ਇਸ ਵਕਤ ਸਾਡੇ ਕੋਲੋਂ ਵੀ ਦਾਣਾ ਖਾ ਰਿਹਾ, ਕਿਉਂਕਿ ਸ਼ਾਮੀ ਇਹਨੂੰ ਰਾਤ ਨੂੰ ਅਸੀਂ ਅੰਦਰ ਲੈ ਜਾਣਾ,
ਅਤੇ ਇਹਦੇ ਮਦਰਸ ਜਿਹੜੇ ਆ ਬਸ ਸਵੇਰੇ ਇੱਥੇ ਡੰਗ ਦੀ ਦਾ ਅਤੇ ਇਹਦੇ ਪੇਰੈਂਟਸ ਜਿਹੜੇ ਆ ਉਹ ਆਰਾਮ ਨਾਲ ਆ ਕੇ ਇਹਨੂੰ ਦਾਣਾ ਪਾ ਦਿੰਦੇ ਆ। ਗੁੱਡ ਮੋਰਨਿੰਗ ਜੀ, ਅੱਜ ਥਰਡ ਡੇ ਆ ਜੀ ਚਿੜੀਆ ਦੇ ਬੱਚੇ ਦਾ। ਤੋ ਅੱਜ ਸਵੇਰੇ ਸਵੇਰੇ ਮੋਰਨਿੰਗ ਟਾਈਮ ਹੈ, ਇਸ ਵਕਤ ਮੋਰਨਿੰਗ ਟਾਈਮ 'ਚ ਇਸ ਨੂੰ ਰਾਤ ਨੂੰ ਆਪਾਂ ਅੰਦਰ ਹੀ ਰੱਖਿਆ ਸੀ। ਹੁਣ ਆਪਾਂ ਦੇਖਦੇ ਹਾਂ ਜੀ ਇਹਨੂੰ ਖੋਲ੍ਹ ਕੇ ਅੰਦਰ ਕੀ ਕਰ ਰਿਹਾ। ਲਓ ਜੀ, ਬਿਲਕੁਲ ਆਰਾਮ ਫਰਮਾ ਰਿਹਾ ਜੀ, ਸੁਸਤਾ ਪਿਆ। ਇਹਨੂੰ ਅਸੀਂ ਥੋੜ੍ਹਾ ਜਿਹਾ ਹਿਲਾਉਂਦੇ ਹਾਂ। ਬਾਹਰ ਲੈ ਕੇ ਚੱਲਦੇ ਇਹਨੂੰ। ਚਲੀਏ ਬਾਹਰ ਲੈ ਕੇ ਚੱਲਦੇ ਜੀ। ਮੈਂ ਬਾਹਰ ਲੈ ਕੇ ਜਾ ਰਿਹਾ ਜੀ, ਇਹਦੇ ਪੇਰੈਂਟਸ ਵੀ ਲੱਗ ਗਈ ਆ। ਸਾਰੇ ਹੀ ਇਕੱਠੇ ਹੋ ਗਏ ਨੇ ਇਸ ਵਕਤ। ਇਹਨੂੰ ਮੈਂ ਗੱਡੀ ਦੇ ਉੱਤੇ ਰੱਖਦਾ ਕੱਲ੍ਹ ਦੀ ਘੜੀ ਥੋੜ੍ਹੀ ਦੇਰ ਵਾਸਤੇ। ਮੈਨੂੰ ਆਪਣੀ ਕਾਰ ਦੇ ਉੱਪਰ ਰੱਖ ਦਿੱਤਾ ਜੀ। ਇਸ ਤੋਂ ਬਾਅਦ ਮੈਂ ਇਹਨੂੰ ਜਿਹੜਾ ਬਾਹਰ ਟੈਂਪਰੇਰੀ ਘੌਂਸਲਾ ਬਣਿਆ ਇਹਦੇ 'ਚ ਸ਼ਿਫਟ ਕਰਾਂਗਾ। ਹਾਲਾਂਕਿ ਸਾਰੇ ਆ ਚੁੱਕੇ ਨੇ, ਭੈਣ ਭਰਾ ਰਿਸ਼ਤੇਦਾਰ ਕਾਫੀ ਸ਼ੋਰ ਮਚਾ ਰਹੇ ਨੇ ਵੀ ਕਿੱਥੇ ਸੀ ਸਾਰੀ ਰਾਤ। ਹੁਣ ਇਹਨੂੰ ਪਤਾ ਲੱਗ ਚੁੱਕਾ, ਹੁਣ ਆਪਾਂ ਇਹਨੂੰ ਸ਼ਿਫਟ ਕਰਾਂਗੇ ਜੀ ਦੂਸਰੇ ਜਿਹੜਾ ਬਾਹਰ ਵਾਲਾ ਘੌਂਸਲਾ ਉਹਦੇ ਵਿੱਚ। ਇਹਦੇ ਵਿੱਚੋਂ ਅਸੀਂ ਆਪਾਂ ਟਰਾਂਸਫਰ ਕਰਕੇ ਇਹਨੂੰ ਇਹਦੇ ਵਿੱਚ ਰੱਖ ਦਿੰਦੇ ਹਾਂ ਜੀ। ਨਿੱਕੂ ਜਿਹਾ ਜਾਗਦਾ ਪਿਆ, ਨਾ 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 ਬਾਈ, ਨਾ ਥੱਲੇ ਨਾ ਵਾੜ, ਥੱਲੇ ਨਾ ਵਾੜ, ਥੱਲੇ ਨਾ ਵਾੜ। ਇਹਨੂੰ ਅਸੀਂ ਇਹਦੇ ਵਿੱਚ ਰੱਖ ਦਿੱਤਾ ਜੀ, ਬਿਲਕੁਲ ਐਕਟਿਵ ਹੈ। ਕੱਪੜੇ ਦੇ ਨੂੰ ਬਿਲਕੁਲ ਅਸੀਂ ਸਾਫ਼ ਕਰਤਾ। ਬਿਲਕੁਲ ਬਹੁਤ ਐਕਟਿਵ ਹੈ, ਉਡਾਰੀਆਂ ਮਾਰ ਰਿਹਾ। ਹੈਲੋ, ਕੱਪੜਾ ਵੀ ਤਿਆਰ ਹੈ। ਭੱਜ ਰਿਹਾ, ਕੱਪੜੇ ਨੂੰ ਬਿਲਕੁਲ ਸਾਫ਼ ਕਰਕੇ ਇਹਨੂੰ ਦੁਬਾਰਾ ਅੰਦਰ ਰੱਖ ਦਿੱਤਾ।
बहुत ही क्यूट। अज जी हम तीसरा दिन आप आलने के रख दिता तो अज सारी दिहाड़ी ये पेरेंट्स जोड़े आ यदि देख रेख करेंगे अपने दूजे बच्चे भी सामभगे तो इन भी सामभगे। सवेर के नाश्ते का काम शुरू हो चुका जी। बहुत शोर मचा रहे हाँ जी हाँ जी दसो गुड मॉर्निंग जी। आज चौथा दिन है जी तो चौथे दिन की मॉर्निंग है बाहर चींची की आवाज़ आ रही है तो आराम फरमा रहे ने जनाब आप इन्हों बाहर कट के इनका कपड़ा थोड़ा जहा साफ कर देंगे तो बिल्कुल हम पचता है बिल्कुल तेज हो गया पंखे दे काफ़ी निकल आए ने बिल्कुल सैट है तो कपड़ा यदा चेंज कर दें सी वेट करो भाई वेट करो नवा कपड़ा इन बिछा के देन लगे सी। लो जी नवा बैड बिल्कुल इदा तैयार है हूँ आप इन शिफ्ट कर लगे आ जाओ भाई आ जाओ भाई आ जाओ बाहर लेके चलते जी हम देर तक इन आप इत रखा फिर इन अपने ये जड़े बार वाला भी एक टैंपरेरी घर बनाया हुआ फिर इन ये थोड़ी देर तक शिफ्ट कर देंगे हूँ ये पेरेंट्स थोड़ी देर इन मिल लेंगे उस तो बाद इतने रखता जाएगा। तो अज चौथा दिन है बिल्कुल तंदुरुस्त है बहुत ठीक ठाक है इस करके परमात्मा की दया ना बच चुका तो कुछ दिनों तक ये पंख काफ़ी व्डे आ जाएंगे तो फिर अपने समान चो डायरी भरूंगा। लो जी अज जरा चौथा दिन शाम का वेला रात हो चुकी है तो असी जो चिड़िया का बच्चा सी तुसी देख सकते हो थोड़ा जा क्लोज करके जो देखो देखो बड़े आराम ना लेटिया थोड़ा वड्डा भी हो गया तो इन हूँ असं थले लैन दा हूँ फिर रात सारी इतने रखेंगे ताकि बिल्ली के डर तो सवेरे इन फिर आप दोबारा उदे दूसरे जो टैंपरेरी आलना है उत्थे लगा देंगे तो हूँ ये सौन चलिया तो अज फिफ्थ डे है जी तो फिफ्थ डे घर अंदरों बहर लैके आए सवेरे सवेरे मॉर्निंग सुता सी तुसी देख सकते हो बहुत ही तेज है इनू थोड़ा जहा चेक कर दे थले बिठा के देखो बहुत फास्ट है वाह भजन लग पाया दौड़ लग पाया गुड चल ठीक ओके हूँ तो लड़ता भी है इनू आप रखन जा रहे जरा
ਟੈਂਪਰੇਰੀ ਦੋ ਘਰ ਹੈ ਇਸ ਘਰ ਦੇ ਵਿੱਚ ਨੂੰ ਅਸੀਂ ਰੱਖਣ ਜਾ ਰਹੇ ਥੋੜਾ ਜਿਹਾ ਕੱਪੜਾ ਸਾਫ ਕਰ ਲਾਂਗੇ ਥੋੜਾ ਜਿਹਾ ਕੱਪੜਾ ਸਾਫ ਕਰ ਲਈਏ ਗੰਦਾ ਹੋ ਗਿਆ ਜਿਹੜੇ ਛੋਮੇੜੇ ਵੀ ਪਾਸ ਸੀ ਬਹੁਤ ਇਹ ਵੀ ਬਹੁਤ ਫੜਫੜਾਉਣ ਲੱਗ ਪਿਆ ਮੰਮੀ ਨੇ ਇਸਦੀ ਗੋਲੀ ਆ ਉਹ ਦੇਖੋ ਆ ਗਏ ਸਾਰਾ ਦਿਨ ਉਹਦੇ ਮੰਮੀ ਡੈਡੀ ਦੇਖੋ ਤਾਰ ਦੇ ਉੱਤੇ ਦੇਖੋ ਚੈੱਕ ਕਰੋ ਸਾਰੇ ਹੀ ਰਿਸ਼ਤੇਦਾਰ ਉਹਦੀਆਂ ਮਾਸੀਆਂ ਚਾਚੀਆਂ ਤਾਈਆਂ ਸਭ ਪਹੁੰਚ ਚੁੱਕੀਆਂ ਨੇ ਔਰ ਅਸੀਂ ਜਲਦੀ ਦੀ ਸਕੂਲ ਜਾ ਰਹੇ ਹਾਂ ਅਤੇ ਇਹਨੂੰ ਆ ਕੇ ਸ਼ਾਮ ਨੂੰ ਫਿਰ ਦੇਖਾਂਗੇ ਥੈਂਕ ਯੂ ਗੁੱਡ ਮੋਰਨਿੰਗ ਜੀ ਅੱਜ ਚਿੜੀ ਦੇ ਬੱਚੇ ਦਾ ਇਸ ਆਲਣੇ 'ਚ ਟੈਂਪਰੇਰੀ ਆਲਣੇ 'ਚ ਜਾਂ ਉਸ ਟੈਂਪਰੇਰੀ ਆਲਣੇ 'ਚ ਛੇਵਾਂ ਦਿਨ ਹੈ ਜੀ ਹੁਣ ਇਹਨੂੰ ਮੈਂ ਬਾਹਰ ਲੈ ਕੇ ਆਇਆ ਬਹੁਤ ਐਕਟਿਵ ਹੈ ਉੱਥੇ ਹੈਂਗ ਕਰਨ ਲੱਗਾ ਜੀ ਉਹ ਸਾਲਣੇ ਦੇ ਵਿੱਚ ਇਹਦਾ ਕੱਪੜਾ ਸਾਫ ਕਰਤਾ ਚੇਂਜ ਕਰਤਾ ਇਹਦਾ ਬਿਸਤਰਾ ਬਸ ਉਹਨਾਂ ਨੂੰ ਆਪਾਂ ਲਓ ਜੀ ਆਪਾਂ ਇਹਨੂੰ ਸ਼ਿਫਟ ਕਰਨ ਲੱਗੇ ਹਾਂ ਇੱਧਰ ਆਪਾਂ ਸ਼ਿਫਟ ਇਹਨੂੰ ਥੋੜ੍ਹਾ ਮਜ਼ਬੂਤ ਕਰਤਾ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਟੇਪ ਦੇ ਨਾਲ ਤਾਂ ਕਿ ਹਿੱਲੇ ਨਾ ਅੱਜ ਮੈਂ ਕਿਸੇ ਕਾਰਨ ਕਰਕੇ ਰਾਤ ਨੂੰ ਥੋੜ੍ਹਾ ਜਿਹਾ ਲੇਟ ਹੋ ਗਿਆ ਅਤੇ ਇਸ ਕਰਕੇ ਮੈਂ ਲਗਭਗ 9 ਵਜੇ ਦੇ ਆਸ ਪਾਸ ਇਸ ਆਲਣੇ 'ਚ ਬੱਚਾ 9 ਵਜੇ ਤੱਕ ਰਿਹਾ ਸੀ ਇਹਨੂੰ ਤਾਂ ਮੈਂ ਹੁਣ ਕੱਢ ਲਿਆ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਹਨੇਰਾ ਹੈ ਬਿਲਕੁਲ ਬਾਹਰ ਹਨੇਰਾ ਤੋ ਕਿਸੇ ਕਾਰਨ ਕਰਕੇ ਮੈਂ ਲੇਟ ਹੋ ਗਿਆ ਜਿਸ ਕਰਕੇ ਬੱਚਾ ਇਹਦੇ ਵਿੱਚ ਹੀ ਸੀ ਪਰ ਉਹਨੂੰ ਮੈਂ ਅੰਦਰ ਲੈ ਕੇ ਜਾ ਚੁੱਕਾ ਪਰ ਮੈਂ ਦੇਖਿਆ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਉਹਦੇ ਪੇਰੈਂਟਸ ਅਜੇ ਵੀ ਜਿਹੜੇ ਆ ਉਹ ਬਾਹਰ ਹੀ ਨੇ ਇੱਕ ਇੱਧਰ ਬੈਠੀ ਸ਼ਾਇਦ ਮਦਰ ਹੈ ਅਤੇ ਇੱਕ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਤੱਕ ਬਾਹਰ ਬੈਠੇ ਨੇ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਕਿਉਂ ਇਹ ਬਾਹਰ ਨੇ ਕਿਸ ਚੀਜ਼ ਦੀ ਵੇਟ ਕਰ ਰਹੇ ਨੇ ਇਹਦੀ ਮੈਨੂੰ ਸਮਝ ਨਹੀਂ ਲੱਗੀ ਜਦਕਿ ਬੱਚੇ ਨੂੰ ਤਾਂ ਮੈਂ ਅੰਦਰ ਲੈ ਕੇ ਜਾ ਚੁੱਕਾ ਇਸ ਆਲਣੇ 'ਚੋਂ ਕੱਢ ਕੇ ਤੋ ਪੇਰੈਂਟਸ ਜਿਹੜੇ ਆ ਇਹ ਅਜੇ ਵੀ ਵਿਚਾਰੇ ਇੱਥੇ ਪਤਾ ਨਹੀਂ ਕਾਹਦੀ ਵੇਟ ਕਰ ਰਹੇ ਆ ਤੋ ਮੈਂ ਵੇਟ ਕਰਦਾ ਕਿ ਕਿੰਨੀ ਦੇਰ ਤੱਕ ਬਾਹਰ ਰਹਿੰਦੇ ਆ ਤੋ ਇਸ ਲਈ ਅੱਜ ਮੇਰੇ ਵਾਸਤੇ ਬੜੀ ਵਿਚਿੱਤਰ ਗੱਲ ਸੀ ਕਿ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਦਾ ਕਿੰਨਾ ਫਿਕਰ ਕਰਦੇ ਨੇ ਇਹ ਅਜੇ ਤਾਂ ਜਾਨਵਰ ਨੇ ਈਵਨ ਦੈਨ ਇਹਨਾਂ ਨੇ ਦੇਖੋ ਹੁਣ 9:30 ਦੇ ਲਗਭਗ ਹਾਂ 9:30 ਹੋ ਚੁੱਕੇ ਨੇ ਅਤੇ ਅਜੇ ਤੱਕ ਇਹ ਹਨੇਰੀ 'ਚ ਬਾਹਰ ਨੇ ਬਾਹਰ ਅਜੇ ਤੱਕ ਹੀ ਹਨੇਰਾ ਆ ਦੇਖ ਸਕਦੇ ਕਿ ਬਾਹਰ ਹਨੇਰਾ ਬਿਲਕੁਲ ਬਾਹਰ ਹਨੇਰਾ ਆ ਪਰ ਇਹ ਅਜੇ ਵੀ ਇੱਥੇ ਹੀ ਵੇਟ ਕਰ ਰਹੇ ਨੇ ਔਰ ਸ਼ਾਇਦ ਜਾਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਉਹਨੂੰ ਲੈ ਕੇ ਜਾ ਚੁੱਕਾ ਅੰਦਰ ਤੋ ਦੇਖਦੇ ਹਾਂ ਕਿੰਨੀ ਦੇਰ ਤੱਕ ਬਾਹਰ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਅੱਜ 7ਵਾਂ ਦਿਨ ਸਵੇਰ ਹੋ ਚੁੱਕੀ ਹੈ ਪਰ ਜਿਹੜੀ ਰਾਤ ਨੂੰ ਤੁਸੀਂ ਦੇਖੀ ਸੀ ਚਿੜੀ
मैं तुम दिखाई सी इतने बैठी हुई अजे भी बैठी है। दिन चढ़ गया तो ये तो पता लगता कि एक डेडिकेशन मदर की डेडिकेशन पर बाहर क्यों बैठी है मैनू इहदा अजे तक पता नहीं लग सके। मैं थोड़ा आइडिया मैं ये मिले कि इहदा एक बच्चा कल होर उड्डन योग सी तो बाहर आ गया सी ते उहदी ट्रेनिंग पीरियड चल रहा सी। कदी उह किसे टाहणी ते किते किते बहिंदा सी ते इत्थे लग चग गई वो हैगा कि कितने उड नहीं पाया जे उडना आया नहीं है किसी चीज़ के पिछे लुक के बह गया तो ता करके शायद वो राखी वास्ते ये जी चिड़ी है बाहर बैठी हुई है। तो ये होंगी है माँ तुसी देख सकते हो ये चिड़ी का जो बच्चा वड्डा भी हो चुका हूँ थोड़े पंख आ गए ने दे साइज भी वड्डा हो गया बहुत एक्टिव है। तो इन्हू हुण मैं अज बाहर लेके जाना चिड़ी दे कोल शायद वो इहदी वेट कर रही है थोड़ी देर वास्ते इन्हू उत्थे रख दे आपां। मैं डब्बे नू इत्थे रख दिता शायद चिड़ी इहदे करके बैठी है। तो थोड़ी देर हुण मैं उत्थे रहिंदा गा उस तो बाद फिर इहनू उहदे ओह वाले आलणे दे विच इहदे च पा देंगे। गुड मॉर्निंग जी। अज इस मेहमान का इस घर के यानी कि इस आलने अठवां दिन है तो अज मैं छत पर लैके आया। इस छत का नज़ारा तुम देख सकते हो आप देखते हैं कि अंदर की कर रहा है। वाओ काफ़ी एक्टिव हो गया जी है। खंभ भी ये खंभ सारे निकल आए तकरीबन बहुत चुस्त चलाक हो गया पचता पूरा। तो थोड़ी जी मेहनत करन दा अपन नतीजा बहुत वधिया मिलिया। तुसी देख सकते हो कितना एक्टिव है। चलो आप अगे चलते हम देखते हैं छत इन थोड़ा जहा नज़ारा दिखा दिए। छत के उत्ते होर भी काफ़ी आलने हैं पंछियों का बहुत जमावड़ा होंगे इस वक्त। तो तुम देख रहे हो घुग्गी बैठी हुई है तो सारे ही पंछी थोड़ा जहा समा ज़्यादा हो गया तो पंछी सारे ही इधर ब्राउन स्पैरो तुसी देख सकते हो बैठी हुई हैं दाना खा रही हैं। छत के नज़ारे तो बाद आपां इनू थले लेके चलते हैं। चलो भाई चलिए थले। थले दा वो देख सकते हो तुसी टैंपरेरी घर ये वाला जिहड़ा अंदर रखने वास्ते आ ये परमानेंटली हैंग किया हुआ वा। देख सकते हो
ਸਾਰੇ ਹੀ ਰਿਸ਼ਤੇਦਾਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਹਦੇ ਦੂਸਰੇ ਭੈਣ ਭਰਾ ਵੀ ਜਿਹੜੇ ਆ ਉਹ ਆਪਣੇ ਅਸਲੀ ਆਲ੍ਹਣਿਆਂ ਦੇ ਵਿੱਚ ਖਾਣਾ ਖਾ ਰਹੇ ਨੇ। ਸਾਰਿਆਂ ਨੇ ਮੈਨੂੰ ਦੇਖ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਹੁੰਚ ਚੁੱਕਾ। ਇਸ ਲਈ ਬਹੁਤ ਜ਼ਿਆਦਾ ਸ਼ੋਰ ਮਚਾ ਰਹੇ ਨੇ। ਮੈਨੂੰ ਇਹ ਗੱਲ ਕਹਿ ਰਹੇ ਨੇ ਵੀ ਭਾਈ ਜਲਦੀ ਜਲਦੀ ਰੱਖ ਦੇ ਇਹਨੂੰ, ਅਸੀਂ ਦਾਣਾ ਪਾਉਣਾ, ਕਿਉਂਕਿ ਇਹ ਵੀ ਵਿਚਾਰਾ ਭੁੱਖਾ ਆ ਸਵੇਰ ਦਾ। ਹੁਣ ਸਵੇਰ ਦੇ ਤੱਕ ਲਗਭਗ 7:30 ਵੱਜ ਗਏ ਨੇ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਦੁਪਹਿਰ ਵੇਲੇ ਆਪਣੇ ਹੱਥੀਂ ਵੀ ਦਾਣਾ ਪਾਉਣ ਦੀ, ਪਰ ਮੈਂ ਚਾਹੁੰਦਾ ਕਿ ਇਹਦੇ ਪੇਰੈਂਟਸ ਹੀ ਇਹਨੂੰ ਫੀਡ ਕਰਨ, ਕਿਉਂਕਿ ਜੋ ਫੀਡ ਕਰਾ ਸਕਦੇ ਆ ਉਹ ਆਪਾਂ ਨਹੀਂ ਕਰਾ ਸਕਦੇ। ਤੋ ਆਪਾਂ ਇਹਨੂੰ ਹੁਣ ਬਿਨਾਂ ਦੇਰੀ ਤੋਂ ਰੱਖ ਦਈਏ, ਨਹੀਂ ਤਾਂ ਬਹੁਤ ਜ਼ਿਆਦਾ ਐਜੀਟੇਟ ਕਰਦੇ ਨੇ, ਬਹੁਤ ਰੌਲਾ ਪਾ ਰਹੇ ਨੇ। ਚਲੋ ਜੀ ਚਲੋ, ਹੁਣ ਆਪਾਂ ਤਾਂ ਥੋੜ੍ਹਾ ਜਿਹਾ ਕੱਪੜਾ ਸਾਫ਼ ਕਰਾਂਗੇ ਅਤੇ ਇਹਦੇ ਵਿੱਚ ਵਿਛਾ ਕੇ ਇਹਨੂੰ ਇੱਧਰ ਸ਼ਿਫਟ ਕਰਦੇ ਹਾਂ। ਦੇਖ ਸਕਦੇ ਜੀ ਅਸੀਂ ਇਹਨੂੰ ਪਾਲਣੇ 'ਚ ਰੱਖ ਤਾ ਕੱਪੜਾ ਸਾਫ਼ ਕਰਕੇ, ਬਿਲਕੁਲ ਇਹਦਾ ਕੱਪੜਾ ਬਹੁਤ ਜ਼ਿਆਦਾ ਸਾਫ਼ ਹੋ ਚੁੱਕਾ। ਹੁਣ ਸਾਰੀ ਦਿਹਾੜੀ ਆਪਣੇ ਇਸ ਆਲ੍ਹਣੇ 'ਚ ਰਹੇਗਾ ਅਤੇ ਇਹਦੇ ਪੇਰੈਂਟਸ ਸ਼ੁਰੂਆਤ ਕਰਨਗੇ ਇਹਦੇ ਬ੍ਰੇਕਫਾਸਟ ਦੀ। ਇਹ ਕਮਰੇ ਦੇ ਅੰਦਰਲਾ ਵਿਊ ਹੈ, ਤੁਸੀਂ ਦੇਖ ਸਕਦੇ ਕਿ ਉਹਦੇ ਪੇਰੈਂਟਸ ਹੁਣ ਆਉਣੇ ਸ਼ੁਰੂ ਹੋ ਗਏ ਆ। ਉਹਨਾਂ ਨੇ ਦੇਖ ਲਿਆ ਕਿ ਨਿੱਕੂ ਹੁਣ ਬਾਹਰ ਆਲ੍ਹਣੇ 'ਚ ਆ ਗਿਆ, ਇਹਨੂੰ ਸ਼ਿਫਟ ਕਰਤਾ ਹੈ। ਤਾਂ ਹੁਣ ਆਪਣਾ ਜਿਹੜਾ ਬ੍ਰੇਕਫਾਸਟ ਦਾ ਉਹਨੂੰ ਦੇਣਾ ਸ਼ੁਰੂ ਕਰ ਦੇਣਗੇ, ਕਿਉਂਕਿ ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ। ਗੁੱਡ ਮੋਰਨਿੰਗ ਜੀ, ਅੱਜ 9ਵਾਂ ਦਿਨ ਹੈ। ਚਲੋ ਦੇਖਦੇ ਹਾਂ, ਖੋਲ੍ਹ ਕੇ ਇਹਨੂੰ ਬਾਹਰ ਲੈ ਕੇ ਆਇਆ ਮੈਂ। ਦੇਖਦੇ ਹਾਂ ਜੀ ਖੋਲ੍ਹ ਕੇ। ਚਲੀਏ ਜੀ, ਲਓ ਜੀ ਸੁੱਤਾ ਪਿਆ ਹੈ ਜੀ ਵੀ। ਹੁਣ ਇਹਨੂੰ ਆਪਾਂ ਇਹਦੇ ਅਸਲੀ ਘਰ 'ਚ, ਮਤਲਬ ਜਿੱਥੇ ਰੋਜ਼ ਜਾਂਦਾ ਉੱਥੇ ਰੱਖਦੇ ਹਾਂ। ਚਲੀ ਪੇਰੈਂਟਸ ਵੇਟ ਕਰ ਰਹੇ ਨੇ। ਓਕੇ, ਸ਼ਿਫਟ ਕਰਦੇ ਜੀ ਆਪਾਂ ਇਹਦੇ 'ਚ। ਲਓ ਜੀ ਆਪਾਂ ਨੂੰ ਸ਼ਿਫਟ ਕਰਤਾ। ਚਲੋ ਚੱਲਦੇ ਹਾਂ ਹੁਣ ਆਪਾਂ। ਇਹਦੇ ਪੇਰੈਂਟਸ ਜਿਹੜੇ ਆ ਉਹ ਸਾਰੀ ਦਿਹਾੜੀ ਇਹਨੂੰ ਦਾਣਾ ਪਾਣੀ ਦੇਣਗੇ। ਇਹ ਜੀ ਸਾਡਾ ਜੈਕੀ ਆ। ਤੋ ਜੈਕੀ ਨੇ ਹੀ ਇਸ ਜਿਹੜੇ ਚਿੜੀ ਦੇ ਬੱਚੇ ਨੂੰ ਬਚਾਇਆ ਸੀ। ਅਸਲ 'ਚ ਜਦੋਂ ਚਿੜੀ ਦਾ ਬੱਚਾ ਆਪਣੇ ਆਲ੍ਹਣੇ 'ਚੋਂ ਡਿੱਗਾ ਸੀ ਥੱਲੇ, ਉਹ ਬਿਲਕੁਲ ਜੈਕੀ ਦੇ ਪਾਸ ਸੀ ਅਤੇ ਜੈਕੀ ਨੇ ਉਹਨੂੰ ਕਾਫੀ ਦੇਰ ਤੱਕ ਇਹਦੀ ਕਹਿ ਲਓ ਰੱਖਿਆ ਕੀਤੀ, ਘੰਟਾ ਡੇਢ ਘੰਟਾ ਜਿੰਨੀ ਦੇਰ ਤੱਕ ਪਤਾ ਨਹੀਂ ਲੱਗਾ। ਤੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ
ਪੰਛੀ ਦੇ ਲਾਗੇ ਚਿੜੀ ਦਾ ਛੋਟਾ ਜਿਹਾ ਬੱਚਾ ਪਿਆ। ਤੋ ਫਿਰ ਇਸਨੂੰ ਚੁੱਕ ਕੇ ਅਸੀਂ ਟੈਂਪਰੇਰੀ ਆਲ੍ਹਣੇ 'ਚ ਰੱਖਿਆ। ਤੋ ਜੇਕਰ ਜੈਕੀ ਸਮੇਂ ਸਿਰ ਇਹਨੂੰ ਨਾ ਦੇਖਦਾ, ਮਤਲਬ ਇਹਦੀ ਰੱਖਿਆ ਨਾ ਕਰਦਾ, ਤਾਂ ਸ਼ਾਇਦ ਮਤਲਬ ਵਿਚਾਰਾ ਮਰ ਸਕਦਾ ਸੀ ਜਾਂ ਬਿੱਲੀ ਵਗੈਰਾ ਇਹਨੂੰ ਲੈ ਕੇ ਜਾ ਸਕਦੀ ਸੀ ਜਾਂ ਪੈਰ ਥੱਲੇ ਵੀ ਕਿਸੇ ਦੇ ਆ ਸਕਦਾ ਸੀ। ਤੋ ਇਹਨੇ ਬਿਲਕੁਲ ਆਪਣੇ ਇਹਨੂੰ ਪੰਜਿਆਂ ਦੇ ਲਾਗੇ ਰੱਖ ਕੇ ਬਹੁਤ ਲਾਡੀ ਇਹਨੂੰ ਕਰ ਰਿਹਾ ਸੀ। ਸੋ ਜੈਕੀ ਨੂੰ ਥੈਂਕ ਯੂ, ਗੁੱਡ ਬੇਟੇ। ਤੋ ਅੱਜ 10ਵਾਂ ਦਿਨ, ਅੱਜ ਅਸੀਂ ਇਹਨੂੰ ਫਿਰ ਰੱਖਣ ਜਾ ਰਹੇ ਹਾਂ ਇਹਦੇ ਆਲ੍ਹਣੇ 'ਚ। ਇਹਦੇ ਪੇਰੈਂਟਸ ਵੇਟ ਕਰ ਰਹੇ ਆ। ਚਲੋ ਜੀ, ਆ ਜਾਓ ਬਾਹਰ। ਲਓ ਜੀ, ਆਪਾਂ ਇਹਦੇ ਕੱਪੜੇ ਦੀ ਸਾਫ਼ ਸਫਾਈ ਕਰਾਂਗੇ ਥੋੜ੍ਹੀ। ਹੁਣ ਇਹਦੇ 'ਚੋਂ ਆਪਾਂ ਇਹਨੂੰ ਕੱਢ ਕੇ ਅਤੇ ਸ਼ਿਫਟ ਕਰਦੇ ਹਾਂ ਜੀ। ਦੇਖਦੇ ਹਾਂ ਕਿੰਨਾ ਬਹੁਤ ਸ਼ਰਾਰਤੀ ਹੋ ਗਿਆ। ਤੁਸੀਂ ਦੇਖ ਸਕਦੇ ਹੋ ਬਹੁਤ ਐਕਟਿਵ ਹੈ, ਡੰਡੀਆਂ ਵੀ ਵੱਢਦਾ ਹੈ, ਬਹੁਤ ਐਕਟਿਵ ਹੈ। ਹੈਲੋ, ਦੇਖ ਸਕਦੇ ਇਹਦੇ ਖੰਭ ਵੀ। ਅਸੀਂ ਇਹਨੂੰ ਸ਼ਿਫਟ ਕਰਤਾ ਆ। ਇਹਦੇ ਪੇਰੈਂਟਸ ਜਿਹੜੇ ਪਹੁੰਚ ਚੁੱਕੇ ਨੇ ਆਲ੍ਹਣੇ ਵਿੱਚ, ਦਾ ਇੱਕ ਭੈਣ ਜਾਂ ਭਰਾ, ਇਹ ਵੀ ਕੁਛ ਦਿਨਾਂ ਤੱਕ ਉੱਡਣ ਲਈ ਤਿਆਰ ਹੋ ਜਾਣਾ ਇਹਨੇ। ਇਸ ਤੋਂ ਪਹਿਲਾਂ ਇੱਕ ਦੋ ਇਹਦੇ ਭੈਣ ਭਰਾ ਵੱਡੇ ਹੋ ਕੇ ਉੱਡ ਚੁੱਕੇ ਨੇ। ਇਹ ਵੀ ਨਾਲੋ ਨਾਲ ਹੀ ਪਲ ਰਿਹਾ। ਦੇਖਦੇ ਹਾਂ ਕਿੰਨੀ ਦਿਨਾਂ ਤੱਕ ਹੁਣ ਇਹ ਮਹਿਮਾਨ ਹੈ ਸਾਡੇ ਕੋਲ। ਉਸ ਤੋਂ ਬਾਅਦ ਇਹ ਵੀ ਕੁਛ ਦਿਨਾਂ ਤੱਕ ਤਿਆਰ ਹੋ ਜਾਏਗਾ ਉੱਡਣ ਵਾਸਤੇ। ਅੱਜ ਇਹਦਾ ਮਤਲਬ ਦਿਨ ਵੀ ਯਾਦ ਨਹੀਂ ਕਿ ਦਸਵਾਂ ਕੀ ਗਿਆਰਵਾਂ ਦਿਨ ਹੈ। ਇਹਦੇ ਖੰਭ ਕਾਫੀ ਆ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ, ਆ ਦੇਖੋ। ਅਤੇ ਇਹਦੇ ਹੁਣ ਪੂਰਾ ਲੜਦਾ ਵੀ ਆ, ਆ ਦੇਖੋ ਦੰਦੀਆਂ ਵੜਦਾ। ਤੋ ਇਹਨੂੰ ਥੋੜ੍ਹਾ ਜਿਹਾ ਚਿਮਟਾ ਲੈ ਕੇ ਆਏ ਸਪੈਸ਼ਲੀ ਇਹਦੇ ਵਾਸਤੇ, ਇਹਨੂੰ ਥੋੜ੍ਹਾ ਜਿਹਾ ਦਾਣਾ ਪਾਉਂਦੇ ਹਾਂ। ਲਓ ਜੀ, ਖਾ ਗਿਆ ਦਾਣਾ। ਤੋ ਥੋੜ੍ਹਾ ਜਿਹਾ ਫਿਰ ਪਾਉਂਦੇ, ਹੁਣ ਕਾਫੀ ਚੁਸਤ ਹੋ ਗਿਆ, ਦਾਣਾ ਬਿਲਕੁਲ ਖਾਂਦਾ ਆ। ਛੱਡਦੇ 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 ਖਾ ਲਿਆ ਪੁੱਤ। ਤੂੰ ਖਾ ਗਿਆ ਦਾਣਾ? ਬਿਲਕੁਲ, ਵੈਰੀ ਗੁੱਡ ਬੇਟੇ, ਸ਼ਾਬਾਸ਼। ਲਓ ਜੀ, ਤੁਸੀਂ ਦੇਖ ਸਕਦੇ ਹੋ ਕਿ ਹੁਣ ਉਹ ਚਿੜੀ ਦਾ ਛੋਟਾ ਜਿਹਾ ਜਿਹੜਾ ਬੱਚਾ ਕਾਫੀ ਸਿਆਣਾ ਹੋ ਚੁੱਕਾ ਅਤੇ ਬਾਹਰ ਜਿਹੜਾ ਉਹ ਝਾਤੀਆਂ ਮਾਰ ਰਿਹਾ। ਹੈਲੋ,
वेट कर रहा अपनी मदर दी खाने वास्ते। बाहरली दुनिया वेख के बहुत हैरान परेशान हो रहा। जिस सामना ये बड़ा ही की कहते ना एदी एक्टिविटीज तो लग रहा है कि बड़ा ही तेज तरार है। हुणे ही नहीं उठ जाना हुंदा। मैं बिल्कुल इत्थे क्लोज हाँ तो इहदियां गतिविधियां तो ऐं लगदा कि इन्हें तो छाली ना मार दे। चल अंदर। अंदर जा चुका है। तो अंदर बढ़ चुका है। बहुत ही तेज है। मैं तो ऐं लग रहा सी कि शायद इन्हें हुणे डारी मार देनी है। अजे दो तीन दिन की लगता मैं होर ये खम खुम चंगी तरह आ जाएंगे। चलो दो तीन दिन तक वेट करते हैं। निकू दे पेरेंट्स जिहड़े आ उह बाहर आ गए आ उहदे बिल्कुल लागे। बहुत ही एक्टिव है। बस उड्डन नूं ही करदा पिया कि जिवें उहने उड जाणा हुंदा। अज 14वां दिन जी दे इस छोटे जे बच्चे दा। तो ये असल दे विच आलणे दे विच थले छालां ने मारनियां शुरू कर दित्तियां ते क्योंकि इहदे खंभ वी देखो तुसीं किड्डे किड्डे वड्डे हो गए ने। तो पूरी तरह ये तैयार है पर थोड़ा जहा ना अजे कमजोर है। तो अज इन्हें दो तीन बारी छालां जिहड़ियां मारियां पिंजरे तो बाहर आ गया है। फिर इन अंदर असीं लै गए सी थोड़ी देर वास्ते। तो अंदर इस एक इहदा होर घर बनाया आ उहदे च इहनूं रख दित्ता सी। ते हुण दुपहर वेले मैं आया तो इहदे पेरेंट्स भी उपर किते देखियो जरा कैमरा मारो जी उधर गए दे पेरेंट्स मतलब ये मेरे साहब बैठे इधर ये रिश्तेदार वगैरह भैन भरा जो भी चाचिया ताइया पहुंच चुकी ने। तो हुण असीं इहनूं कोशिश कर रहे थोड़ा जिहा दाणा दूणा पाउण दी क्योंकि इहदे माँ प्यो ने काफ़ी इहनूं खवा पिया दिता। तो देखते हैं कि खांदा कि नहीं। तो इन्हें खाना शुरू कर दिता है। बिल्कुल सही है। ओके इहदा मतलब है असी कामयाब हो गए अपने मिशन च। इन्हें खाना भी शुरू करता। इन्हों असल दे विच असी रोटी जिहड़ी आ भिउं के पाई है। तो असल शरीर का भुखा दो तीन घंटे अंदर रहा है। खाना खाँदा तो भुख लगी हुई इनू। तुसीं देख सकते हो आलणे दे बाहर जिहड़ा निकू बाहर आ चुका। हुण बाहर उपरों दी भी एक छोटा जिहा सी शेक कीता आ क्योंकि बाहर जंप कर जांदा सी। ते असीं उहनूं बंद करके साइड थोड़ा जिहा शेक कीता सी ताकि उधर दी उह अपना दाणा पाणी अपने पेरेंट्स को लै लेगा। पर हुण ते उह छाल मार के उपर आ जांदा। तुसीं देख सकते हो ਉਹ
हूँ तो ऐ लगता जी बिल्कुल उड़न वास्ते तैयार है क्योंकि पेरेंट्स उन्होंने बार बार लागे आके शायद इस गल ही मोटिवेट कर रहे ने कि भाई तेरा उड़न का टाइम हो गया। असं यही कोशिश कर रहे हैं कि चेक कर लिए पहले उड़न योग है कि नहीं कि दूर जाके डिग ना पवे। हाँ चुप करी जा उतो थले जिहड़ा निकू पौड़ियां च आ चुका उहदे पेरेंट्स भी बिल्कुल लागे आ बिल्कुल खाना खा रहे हो। उहदे पेरेंट्स यही कोशिश कर रहे कि पिछे उड़ के आवे क्योंकि मैनूं लगदा कि इहदा टाइम पूरा हो गया आ पर थोड़ा डर भी लगदा अजे थोड़ा जिहा कमजोर आ। उहदे पेरेंट्स आके उहनूं दाणा पा रहे ने उहदी मदर बिल्कुल उहदा ख्याल रख रही है उहनूं पूरी तरह दाणा खवा रही है। उहदी मदर जिहड़ी आ उहनूं खाणा लिया के दे रही है तो उहदा फादर जिहड़ा कोशिश कर रहा है उहनूं इह शायद कह रहा है कि भाई आ जा उडारी मार दे क्योंकि फादर उहनूं खवा नहीं रहा मदर खवा रही है। फादर उहनूं इस गल लई प्रेरित कर रहा उड़न वास्ते। मैं चाहुंदा कि दो दिन वास्ते जेकर इहनूं होर फीड किया जाए भी मदर पेरेंट्स द्वारा तो दो दिन बाद पूरी तरह उड़न वास्ते तैयार हो सकता क्योंकि फादर उसका नहीं उन्होंने दाणा खवा रहा उन्होंने कह रहा उड़न वास्ते। आ चुका तो क्योंकि मैं दूरों दे वीडियो बना रहा तकरीबन सारा परिवार आ चुका है मोटिवेट कर रहे शायद उड़न वास्ते देखते हैं आप कितने थलड़ी पौड़ी आ चुका हो मतलब इन्ने स्टेप कवर करके बहुत ही एक्टिव स्मार्ट चाल मारन वास्ते बिल्कुल तैयार देखते दे लागे जाके थोड़ा जा। हेलो बेटे हेलो ये तो बहुत क्लियर नज़र आ रहा पेरेंट्स देखते हैं जी लड़न वास्ते तैयार ने आज तो दो हफ्ते पहला बिल्कुल छोटा जिहा सी नीचे गिर गया देखते हैं आप कित्थे आ। तुसी देख सकते हो जी इहदे घर नूं थोड़ा जिहा आपां नवां रूप दिता है। असल च कल ये दो तीन वारी ना छाल मार के थले आ गया सी इस संबंधी आपां जिक्र भी कीता सी हुण असीं की कीता कि इहदा जिहड़ा वड्डा उपर वाला छेद है उहनूं बंद करता उपरों भी बंद किया हो क्योंकि उपरों भी छाल मार लैंदा सी ते हुण असीं साइड ते एक छोटा जिहा छेद किया ताकि पूरी तरह बाहर ना आ सके ते थले दे असीं कुछ गत्ते दा सपोर्ट भी लाई जिथे ये पेरेंट्स जिहड़े बह के इनू दाणा भी खवा सकन
इस तरह से इसलिए किया क्योंकि चाहते कि दो तीन दिन तक जेकर थोड़ा जहा कमजोर अजे खंभ खुंभ चंगी तरह आ लैन थोड़ा तगड़ा हो जाए तो फिर इनू थोड़ा जहा जो कोशिश करा यदा व्डा गेट खोल देंगे तो फिर उड भी सकेगा। अदरवाइज मैं ये भी डर है कि जेकर मैं इस तरह स्कूल चले जाना उस तो पिछों कि थले ना डिग पे क्योंकि उन्होंने अजे उड्डन की चंगी तरह जाँच नहीं है। तो इस करके असी नवा थोड़ा एक्सपैरीमेंट किया तो हम अज सारी दिहाड़ी अंदर ही रहा है। तो देख सकते सिर्फ तो सिर्फ अपनी गर्दन बाहर कढ़ के ते दाने की जिहड़ी आ डिमांड करता अपने पेरेंट्स तो। गुड ईवनिंग, मतलब कि शाम तो भी लेट समा हो गया जी। तो अज देख सकते दो हफ्ते तो वह समा जो हो चुका काफ़ी सियाना हो गया देख सकते हो तुम। तो पुलिस तो बह भी गया तो काफ़ी व्डा हो गया सिर्फ थोड़ा जहा हूँ दो दिन की गल है दो तीन दिन की गल काफ़ी इतने कंट्रोल से सेवा कर रहे इनू प्रोटेक्ट करने की कोशिश कर रहे क्योंकि जो उड गया तो हूँ उड गया तो समस्या क्रिएट हो सकती है। तो अज असी इनू खाना खवा लगे जी। तो खान लग पे जी बिल्कुल चल भी ला जाट अंदर तो थोड़ा बहुत खाना शुरू करो सवेर दे पेरेंट्स इनू खवा रहे तो मेरे लगता है पेट भरया तो ईवन दैन इन्हें थोड़ा बहुत खा लिया। तो हूँ असी इनू बस इनू जो अपना घर के अंदर यद आलना है वो इनू रख देना रात को फिर सवेरे आप बहर वाले आलन ताकि पेरेंट्स फिर सवेरे इन पूरे सारा दिन बिता। थैंक यू सो मच। गुड आफ्टरनून जी। अज जिहड़ा आप एक मिशन लैके चले सी चिड़ी के उस बच्चे नू बचाउण दा जिहड़ा कि कुछ दिन पहला मतलब तुसी कह लो कि अज नू 16 दिन अज तो 16 दिन पहला उस हालणे दे विचों थले डिग पिया सी मोती कोल। मोती भी हैगा तुसी देख सकदे हो उहदे लागे डिग पिया सी ते उहने मोती ने उहनू थोड़ी देर बचाया सी सानू पता लगा असी उहदे वास्ते एक स्पैशल जिहड़ा आलना उत्ते लाया तुसी देख सकदे हो सामने आलना भी लगा होया उस आलने दे विच उहनू रख दित्ता सी ते रात नू असी अंदर लै जांदे सी। तो इस तरह 14-15 दिन असी उहनू घर दे अंदर भी पालिया ते बाहर भी रखिया चिड़ियां इत्थे उहनू जिहड़ा सी अपना दाणा पाणी उहदे पेरेंट्स जिहड़े खिलाउंदे सी ते रात नू असी अंदर लै जांदे सी लोड पैण ते असी रात नू भी फौंदे सी। हुण जिहड़ा आ अज लगभग 11-12 बजे तक वो इस आलने दे विच सी पर क्योंकि उड्डन वाला तो हो ही गया सी वो पर अज वो उडारी मार गया तो अपने पेरेंट्स नाल चले गया। तो इस करके मैनूं गाने दीआं लाइनां याद आ रही कि चल उड़ जा रे पंछी कि अब ये देश हुआ बेगानो। तो पंछी हुण उड़ चुका है असी अपनी जिम्मेवारी निभाती है असी ये सोचा सी कि उन्हें बचाउणा है तो असी अपने मिशन दे विच बहुत ज़्यादा सक्सैसफुल होए हैं। थैंक यू सो मच।